ਪਿਛਲੇ ਸਾਲ ਜਿਹੜਾ ਮੋਦੀ ਨੇ ਨੋਟਬੰਦੀ ਕੀਤੀ ਸੀ, ਜਿਹੜੀ ਬੀਜੇਪੀ ਪਾਰਟੀ ਹੈ, ਸੈਂਟਰ ਦੀ ਸਰਕਾਰ ਹੈ, ਉਹ ਅੱਜ ਜਸ਼ਨ ਮਨਾ ਰਹੀ ਹੈ। ਅਤੇ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਵਾਲਿਆਂ ਨੂੰ, ਜਿਸ ਦਿਨ ਨੋਟਬੰਦੀ ਕੀਤੀ ਹੈ ਅਤੇ ਜਦੋਂ ਲੋਕਾਂ ਨੂੰ ਪੈਸੇ ਲੈਣ ਦੀ ਜ਼ਰੂਰਤ ਪਈ ਹੈ, ਲੰਬੀ ਲੰਬੀ ਕਤਾਰਾਂ ਲੱਗੀਆਂ ਅਤੇ ਉਹ ਲੰਬੀ ਲੰਬੀ ਲਾਈਨਾਂ ਦੇ ਵਿੱਚ ਕਈ ਲੋਕਾਂ ਦੀ ਡੈਥ ਹੋਈ, ਕਈ ਲੋਕਾਂ ਨੂੰ ਪਰੇਸ਼ਾਨੀ ਆਈ, ਅਤੇ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਵਾਲਿਆਂ ਨੂੰ ਕਿ ਤੁਸੀਂ ਕਿਹੜੀ ਚੀਜ਼ ਦਾ ਜਸ਼ਨ ਮਨਾ ਰਹੇ ਹੋ? ਜਿਹੜੇ ਨੋਟਬੰਦੀ ਕੀਤੀ ਹੈ, ਉਸ ਨੋਟਬੰਦੀ ਨਾਲ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹ ਡਾਊਨ ਆਈ ਹੈ, ਅਤੇ ਮੈਨੂੰ ਹੈਰਾਨਗੀ ਨਾਲ ਇਹ ਗੱਲ ਆਖਣੀ ਪੈਂਦੀ ਰਹੀ ਹੈ ਕਿ ਬੀਜੇਪੀ ਜਿਹੜੀ ਹੈ ਕਿਸ ਤਰ੍ਹਾਂ ਦੀ ਇਹ ਅੱਜ ਜਸ਼ਨ ਮਨਾ ਰਹੀ ਹੈ। ਅੱਜ ਕਾਂਗਰਸ ਪਾਰਟੀ ਦੇ ਜਿੱਥੇ ਜਿੱਥੇ ਵੀ ਸਰਕਾਰ ਆ ਪੂਰੇ ਹਿੰਦੁਸਤਾਨ ਦੇ ਵਿੱਚ, ਅਸੀਂ ਇਹਦਾ ਰੋਸ ਪ੍ਰਦਰਸ਼ਨ ਕਰਦੇ ਪਏ ਹਾਂ ਔਰ ਆਪਣੇ ਸਾਰੇ ਹੀ ਵਰਕਰਾਂ ਨੂੰ ਇਹ ਅਪੀਲ ਕਰਦੇ ਪਏ ਹਾਂ ਕਿ ਸਾਰੇ ਅਸੀਂ ਸਾਰੇ ਇਕੱਠੇ ਹੋ ਕੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਉੱਥੇ ਪੈਦਲ ਮਾਰਚ ਕੱਢਣਾ ਔਰ ਸਾਡੇ ਮਾਣਯੋਗ ਜਿਹੜੇ ਸਾਡੇ ਪਾਰਲੀਮੈਂਟ ਹਲਕੇ ਗੁਰਦਾਸਪੁਰ ਦੇ ਐਮ ਪੀ ਸਾਹਿਬ ਸੁਨੀਲ ਜਾਖੜ ਜੀ, ਉਹ ਵੀ ਉੱਥੇ ਆ ਰਹੇ ਨੇ। ਅਤੇ ਮੈਂ ਸਾਰੀ ਮੇਰੀ ਅਪੀਲ ਹੈ, ਜਿੰਨੇ ਵੀ ਮੇਰੇ ਹਲਕੇ ਦੀ ਸਾਰੇ ਕਾਂਗਰਸ ਵਰਕਰ ਨੇ, ਸਾਰੇ ਆਪਾਂ ਹੁਣ ਇੱਕ ਲਾਈਨ 'ਚ ਇਕੱਠੇ ਹੋ ਕੇ ਸਾਰੇ ਉੱਥੇ ਜਾਣਾ ਅਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇਹ ਰੋਸ ਪ੍ਰਦਰਸ਼ਨ ਕਰਨਾ, ਇਹ ਮੇਰੀ ਅਪੀਲ ਹੈ। ਸਰ, ਜਿੱਦਾਂ ਗੁਜਰਾਤ ਅਤੇ ਹਿਮਾਚਲ 'ਚ ਇਲੈਕਸ਼ਨ ਹੋ ਰਿਹਾ, ਕਿਆ ਉੱਥੇ ਵੀ ਇਸ ਨੋਟਬੰਦੀ ਦਾ ਪੂਰਾ ਅਸਰ ਮਿਲੇਗਾ? ਬਿਲਕੁਲ ਅਸਰ ਹੋ ਰਿਹਾ ਜੀ। ਮੈਂ ਮੇਰੀ ਡਿਊਟੀ ਵੀ ਅੰਦੋਰੇ ਵਿੱਚ ਲੱਗੀ ਹੈ, ਮੈਂ ਅੰਦੋਰੇ ਵੀ ਗਿਆ, ਡਰੋਜੀ ਵੀ ਗਿਆ, ਚੰਬੇ ਵੀ ਗਿਆ, ਨੂਰਪੁਰ ਵੀ ਗਿਆ, ਅਤੇ ਮੈਂ ਦੇਖਿਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ। ਲੋਕ ਟੋਟਲ ਇਹ ਜਿਹੜੇ ਆ ਨਰਿੰਦਰ ਮੋਦੀ ਦੇ ਖਿਲਾਫ ਨੇ। ਇਹ 18 ਦਸੰਬਰ ਨੂੰ ਮੋਦੀ ਸਾਹਿਬ ਨੂੰ ਪਤਾ ਲੱਗ ਜਾਣਾ ਕਿ ਮੇਰੇ ਜਨਤਾ ਜਿਹੜੀ ਹੈ ਇਹ ਕਿੰਨੀ ਖਿਲਾਫ਼ ਹੈ, ਮੇਰੀਆਂ ਨੀਤੀਆਂ ਜਿਹੜੀਆਂ ਨੇ ਜਨਤਾ ਦੇ ਹੱਕ 'ਚ ਹੈ ਜਾਂ ਜਨਤਾ ਦੇ ਖਿਲਾਫ਼ ਨੇ। ਅਤੇ ਜਨਤਾ ਜਿਹੜੀ ਹੈ ਉਹ ਦੇਖਦੀ ਪਈ ਹੈ, ਇਹ ਜਿੰਨੇ ਵੀ ਨੇ ਵਾਅਦੇ ਕੀਤੇ ਸਰਕਾਰ 3.5 ਸਾਲ ਆਉਣ ਤੋਂ ਪਹਿਲੇ, ਉਹ ਇੱਕ ਵੀ ਵਾਅਦਾ ਨੇ ਪੂਰਾ ਨਹੀਂ ਕੀਤਾ, ਲੋਕਾਂ ਨੂੰ ਪਰੇਸ਼ਾਨ ਕੀਤਾ। ਜੋ ਹੁਣ ਲੋਕਾਂ ਇਹਨੂੰ ਪਰੇਸ਼ਾਨ ਕਰਨਾ, ਇਹ ਮੈਨੂੰ ਪਤਾ ਵੀ ਲੋਕਾਂ ਨੇ ਇਹਨੂੰ ਪਰੇਸ਼ਾਨ ਕਰਨਾ ਹੀ ਕਰਨਾ। ਜਦਕਿ ਹਿਮਾਚਲ ਦਾ ਅੱਜ ਤੱਕ ਰਿਕਾਰਡ ਹੈ ਕਿ ਕਦੀ ਦੁਬਾਰਾ ਰਿਪੀਟ ਨਹੀਂ ਹੋਈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਬਿਲਕੁਲ ਸਹੀ ਗੱਲ ਹੈ। ਹਿਮਾਚਲ ਦਾ ਜੋ ਹਿਸਟਰੀ ਬਣੀ ਹੈ ਉਹਦੇ ਵਿੱਚ ਇੱਕ ਵਾਰੀ ਕਾਂਗਰਸ ਅਤੇ ਇੱਕ ਵਾਰੀ ਬੀਜੇਪੀ, ਇਹ ਪਹਿਲੇ ਵਾਰੀ ਹੋਣਾ ਲੋਕਾਂ ਨੇ ਮੋਦੀ ਦੇ ਖਿਲਾਫ਼ ਫਤਵਾ ਜਾਰੀ ਕਰਨਾ, ਅਤੇ ਜਿਹੜੀ ਸਾਡੀ ਹਿਮਾਚਲ ਦੀ ਕਾਂਗਰਸ ਦੀ ਸਰਕਾਰ ਹੈ ਦੁਬਾਰਾ ਰਿਪੀਟ ਹੋਣੀ। ਠੀਕ, ਥੈਂਕ ਯੂ।